ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਸਮੇਂ ਤੇ ਸ਼੍ਰੋਮਣੀ ਕਮੇਟੀ ਵਿੱਚੋਂ ਰਿਟਾਇਰ ਹੋਏ ਮੁਲਾਜ਼ਮਾਂ ਨੂੰ ਅੱਜ ਉਹਨਾਂ ਦੇ ਬਣਦੇ ਬਕਾਏ ਤੇ ਚੈੱਕ ਦਿੱਤੇ ਗਏ ਅਤੇ ਇਸ ਮੌਕੇ ਬੀਬੀ ਜ਼ਗੀਰ ਕੌਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਅੱਜ ਸ਼੍ਰੋਮਣੀ ਕਮੇਟੀ ਵਿੱਚ ਸੇਵਾਵਾਂ ਨਿਭਾਉਣ ਵਾਲੇ ਵੱਖ-ਵੱਖ ਅਹੁਦਿਆਂ ਤੋਂ ਰਿਟਾਇਰ ਹੋਏ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਉਹਨਾਂ ਦੇ ਬਣਦੇ ਬਕਾਏ ਤੇ ਚੈੱਕ ਦਿੱਤੇ ਗਏ ਹਨ ਜੋ ਕੁੱਲ ਰਕਮ 95 ਲੱਖ ਦੇ ਲਗਭਗ ਬਣਦੀ ਹੈ ਜਿਸ ਦੀ ਉਡੀਕ ਇਹਨਾਂ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸੀ ਜਿਸ ਦੇ ਚਲਦੇ ਅੱਜ ਉਹਨਾਂ ਨੂੰ ਇਹ ਰਾਸ਼ੀ ਦੇ ਚੈੱਕ ਦਿੱਤੇ ਗਏ ਹਨ ਜਿਸ ਨਾਲ ਇਹਨਾਂ ਮੁਲਾਜ਼ਮਾਂ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ ਹੈ ਇਹ ਇਹਨਾਂ ਦੇ ਬਣਦੇ ਪੈਸੇ ਹਨ ਜਿਸ ਨੂੰ ਇਹ ਲਿਜਾ ਕੇ ਆਪਣੇ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕਰਨਗੇ ਦੇ ਅਤੇ ਦੂਜੇ ਕੁਝ ਮੁਲਾਜ਼ਮ ਸੀ ਜਿਨ੍ਹਾਂ ਨੂੰ 2-2-3-3 ਸਾਲ ਕੋਈ ਰਿਟਾਇਰਮੈਂਟ ਹੋ ਗਏ ਜਾਂ ਕੋਈ ਦੇ ਬਕਾਏ ਰਹਿੰਦੇ ਸੀਗੇ ਉਹ ਅੱਜ ਤਕਰੀਬਨ 94 ਲੱਖ ਤੋਂ ਉੱਤੇ ਰੁਪਈਆ ਲਗਭਗ 1 ਕਰੋੜ ਦੇ ਵਿੱਚ ਉਹ ਅੱਜ ਦਿੱਤਾ ਗਿਆ ਮੈਨੂੰ ਖੁਸ਼ੀ ਹੈ ਕਿ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੇਵਾ ਕੀਤੀ ਹੁੰਦੀ ਹੈ ਉਹਨਾਂ ਨੂੰ ਮਾਣ ਵੀ ਹੁੰਦਾ ਹੈ ਕਿ ਆਪਣੀ ਸੰਸਥਾ ਦੇ ਕੋਲੋਂ ਸਾਨੂੰ ਆਉਣ ਵਾਲੇ ਸਮੇਂ ਦੇ ਵਾਸਤੇ ਕਿਉਂਕਿ ਜਦੋਂ ਬੰਦਾ ਰਿਟਾਇਰ ਹੁੰਦਾ ਨਹੀਂ ਉਹਦੇ ਆਪਣੇ ਜਿਹੜੇ ਫੰਡ ਹੁੰਦੇ ਆ ਉਹਨੂੰ ਜੇ ਲੱਖਾਂ 'ਚ ਵੀ ਹੋਣ ਤਾਂ ਕਰੋੜਾਂ ਲੱਗਦੇ ਕਿਉਂਕਿ ਭਾਵੇਂ ਬੱਚੇ ਲੱਖ ਤਕੜੇ ਹੋਣ ਜਿੰਨੇ ਮਰਜ਼ੀ ਅਮੀਰ ਹੋਣ ਲੇਕਿਨ ਆਪਣੀ ਕਮਾਈ ਦਾ ਪੈਸਾ ਜਿਹੜਾ ਹੁੰਦਾ ਉਹਨੂੰ ਬੜਾ ਵੱਡਾ ਮਾਣ ਹੁੰਦਾ ਮੈਂ ਸਮਝਦੀ ਹਾਂ ਕਿ ਅੱਜ ਉਹਨਾਂ ਨੂੰ ਜਿਹੜਾ ਇਹ ਅੱਜ ਰਕਮ ਦਿੱਤੀ ਗਈ ਹੈ 94-95 ਲੱਖ ਦੇ ਕਰੀਬ ਉਹਨਾਂ ਵਾਸਤੇ ਇੱਕ ਵੱਡੀ ਅਮਾਨਤ ਵੀ ਹੁੰਦੀ ਹੈ ਅਤੇ ਉਹਨਾਂ ਦੇ ਆਉਣ ਵਾਲੇ ਸਮੇਂ ਵਾਸਤੇ ਇੱਕ ਬਹੁਤ ਵੱਡਾ ਤੋਹਫਾ ਵੀ ਬਣ ਜਾਂਦਾ ਹੈ ਕਿ ਉਹ ਆਪਣੇ ਮਾਣ ਨਾਲ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਨਾਲ ਰਹਿ ਸਕਦੀ ਹੈ ਅਤੇ ਮੈਂ ਅਰਦਾਸ ਕਰਦੀ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ 'ਚ ਹੋਵੇ ਔਰ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਮਾਣਨ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ਹਾਲ ਹੋਣ।